ਕੀ ਨਾਮ ਆ ਤੁਹਾਡਾ ਤੇ ਕੀ ਮਾਮਲਾ ਅੱਜ ਜਿਹੜਾ ਤੁਸੀਂ ਇੱਥੇ ਅੱਜ ਨਾਰੀਬਾਜ਼ੀ ਕੀਤੀ? ਮੇਰਾ ਨਾਮ ਵੀਰੇ ਗੁਰਜੀਤ ਸਿੰਘ ਆ ਤੇ ਮਜੂਕ ਰੋਡ ਤੇ ਮੇਰਾ ਘਰ ਆ। ਇਹ ਮੁੱਦਾ ਵੀਰੇ ਆਪਣਾ ਜਿਹੜੀ ਫ੍ਰੀ ਕਣਕ ਮੰਡੀ ਮੰਡੀ ਜਾ ਰਹੀ ਆ ਉਸ ਦਾ ਮੁੱਦਾ ਗਾ ਹੈ। ਇਧਰੋਂ ਮਾਨਾ ਦੇ ਕਵਾੜ ਚੋਂ ਅਸੀਂ ਆਏ ਆ, ਉਹ ਘੱਟੋ ਘੱਟ 85 ਨੰਬਰ ਤਾਂ ਲੋਕ ਘਰੋਂ ਲਿਖ ਲਿਆ ਏ। ਹੁਣ ਉਹ ਕੋਈ ਸਿਸਟਮ ਤਾਂ ਹੈ ਨਹੀਂ, ਜਾਂ ਤਾਂ ਫਿਰ ਬੰਦਾ ਖੁਦ ਜਿਹਨੇ ਰਾਸ਼ਨ ਦੇਣਾ ਗਾ ਉਹ ਦੁਕਾਨ ਤੇ ਆਵੇ ਲੈਣ ਲੱਗੇ ਸਪੈਸ਼ਲ, ਠੀਕ ਹੈ ਨਾ? ਸਪੈਸ਼ਲ ਉਹਨਾਂ ਕੋਲੇ ਕਾਰਡ ਹੋਵੇ, ਠੀਕ ਹੈ ਨਾ, ਵੀ ਕਾਨੂੰਨ ਚ ਸਿਸਟਮ ਹੋਵੇ। ਹੁਣ ਅੱਧੇ ਲੋਕਾਂ ਨੂੰ ਖੱਜਲ ਖਵਾਰੀ ਆ ਵਿਚਾਰੇ, ਕਿੱਡੀ ਕਿੱਡੀ ਦੂਰੋਂ ਆਏ ਆ, ਬੁੜੀਆਂ ਵਿਚਾਰੇ ਬਜ਼ੁਰਗ ਆ ਵਿੱਚ, ਠੀਕ ਹੈ ਨਾ। ਮੈਂ ਤਾਂ ਇਹ ਕਹਿਣਾ ਸਰਕਾਰ ਨੂੰ ਬੇਨਤੀ ਆ, ਮੌਜੂਦਾ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ, ਵੀ ਜਾਂ ਤਾਂ ਜਿਹੜੇ ਲੋਕਾਂ ਦਾ ਮਹੀਨੇ ਦਾ 3,000 ਜਾਂ 4,000 ਪੱਕਾ ਪਤਾ ਲੱਗ ਜੇ, ਠੀਕ ਹੈ ਨਾ ਵੀਰੇ, ਸਹਿਮਤ ਨਾ ਤੁਸੀਂ? ਹਾਂ, ਇਹ ਖੱਜਲ ਖਵਾਰੀ ਨਾਲੋਂ ਮਹੀਨੇ ਦਾ ਪਰਮਾਨੈਂਟ ਪਤਾ ਲੱਗੇ 3,000 ਜਾਂ 4,000 ਫ੍ਰੀ ਦੀ ਕਣਕ। ਅੱਧਿਆਂ ਨੂੰ ਮਿਲਦੀ, ਅੱਧਿਆਂ ਨੂੰ ਨਹੀਂ ਮਿਲਦੀ, ਪਰ ਕਈ ਫੋਨ ਤੇ ਆਪਦੇ ਨਾਲ ਲਿਖਾ ਲੈਂਦੇ ਆ। ਕੋਈ ਸਿਸਟਮ ਤਾਂ ਹੈ ਨਹੀਂ ਇੱਥੇ ਕੋਈ ਕਣਕ ਦਾ ਲੈਣ ਦੇਣ ਦਾ, ਮਰਜ਼ੀ ਨਾਲ ਆਉਂਦੇ ਆ। ਕਈ ਤਾਂ 4 ਵਜੇ ਆ ਜਾਂਦੇ ਆ, ਕਈ ਸਵੇਰ ਤੋਂ ਆਉਂਦੇ ਆ। ਅਸੀਂ ਜੇ ਮਿਲਦੇ ਆ ਬਈ, ਸਾਡੇ ਕੋਲ ਟਾਈਮ ਹੈ ਨੀ, ਬਾਕੀ ਜੇ ਲੈਣਾ ਚ ਲੱਗਣਾ। ਉਹਦੇ ਕਹਿ ਮੇਰੀ ਬੱਸ ਜੇ ਬਾਰੀ ਆਉਂਦੇ ਨੇੜੇ ਉਹਦੇ ਛੱਟ ਛੱਟ ਕੇ ਤੁਰ ਜਾਂਦੇ, ਕਹਿ ਮੈਂ ਮੁੱਕਿਆ ਕੋਟਾ ਪੂਰਾ ਹੋ ਗਿਆ, ਫਲਾਨੀ ਵਜੇ ਫਲਾਨੇ ਮੁੱਕ ਗਿਆ, 100-100 ਪਰਚੀ ਕੱਟ ਕੇ ਬਸ ਮੁੜ ਕੇ ਬੰਦ ਕਰ ਦਿੰਦੇ ਆ। ਸਰਦਾਰ ਸਰਦਾਰ ਸੀ ਆਏ ਕਹਿੰਦੇ, ਸਰਕਾਰ ਨੂੰ ਆਏ ਕਹਿੰਦਾ ਚਾਹੁੰਦੇ ਵੀਰੇ, ਕਣਕ ਦਾ ਬੱਤਾ ਆਇਆ ਸੀ 3,000 ਮਿਲਦੇ ਜਾਏ, ਪ੍ਰਬੰਧ ਕੋਈ ਜ਼ਰੂਰ ਚਾਹ ਪਵੇ। ਅਰੇ ਵਿਸ਼ਾਲ ਕਹਿੰਦੇ ਘਰ ਘਰ ਕੰਮ ਕਰ, ਕਹਿੰਦੇ ਘਰ ਘਰ ਕੰਮ ਕਰ, ਘਰ ਘਰ ਕੇ ਸਾਨੂੰ ਤਾਂ ਲੈਣ ਚ ਲੈ ਕੇ ਨੀ ਮਿਲਦੀ ਹੈ, ਪਹਿਲਾਂ ਦੱਸਿਆ ਨਾ। ਬਾਈ ਜੀ ਦਫ਼ਤਰ 'ਚ ਆਏ ਸੀ, ਕਿਵੇਂ ਆਏ ਸੀ, ਕੀ ਮਾਮਲਾ ਸੀ ਤੁਹਾਡਾ? ਬਾਈ ਜੀ ਡੀਪੂਆਂ ਖਾਤਰ ਆਏ ਸੀਗੇ ਕਣਕ ਬਾਰੇ, ਤੇ ਉਹ ਡੀਪੂ ਵਾਲੇ ਉਹਦੀ ਕਹਿਣ ਡਿਆ ਵੀ ਉਹਦੇ ਕੋਲੇ ਜਾਓ, ਫਲਾਨੇ ਕੋਲੇ ਜਾਓ, ਠੀਕ ਆ ਨਾ। ਜੋ ਦਫ਼ਤਰ 'ਚ ਆਏ, ਦਫ਼ਤਰ 'ਚ ਕੋਈ ਹੈ ਹੀ ਨਹੀਂ, ਟਾਈਮ ਦੇਖੋ ਹੁਣ 10:30 ਹੋਏ ਪਏ, 11:15, ਦਫ਼ਤਰ 'ਚ ਵੀ 9 ਵਜੇ ਦਾ 9 ਵਜੇ ਦਾ ਟਾਈਮ ਆ, ਕੋਈ ਨਹੀਂ ਇੱਥੇ ਆਇਆ। ਪੁੱਛਿਆ ਕਦੇ ਤੁਸੀਂ ਦਫ਼ਤਰ ਵਾਲਿਆਂ ਨੂੰ ਕੋਈ ਹੈਗਾ ਸੀ ਇੱਥੇ, ਵੀ ਇੱਥੇ ਕੋਈ ਮਿਲਦਾ ਕਿ ਨਹੀਂ ਮਿਲਿਆ ਕੋਈ? ਨਾ ਇੱਥੇ ਮਿਲੇ ਹੀ ਨਹੀਂ ਕੋਈ, ਤੇ ਉਹ ਪੁੱਛ ਗਏ ਕਿਹਨੂੰ? 11 ਵਜੇ ਕਲੋ ਵਿਚਾਰਾ ਸਫਾਈ ਵਾਲਾ ਇੱਥੇ, ਉਹ ਕਹਿੰਦਾ ਆਉਂਦੇ ਆ ਆਉਂਦੇ ਆ, ਮੰਨਿਆ ਗਾ, ਕਹਿੰਦਾ ਵੀ 9 ਵਜੇ ਦਾ ਟਾਈਮ, ਉਹ ਆਪ ਮੰਨਿਆ ਵੀ ਕਹਿੰਦਾ 9 ਵਜੇ ਦਾ ਟਾਈਮ ਆ, ਇੱਥੇ ਕੋਈ ਨਹੀਂ ਆਇਆ। ਜਿਹੜੀਆਂ ਕਣਕ ਮਿਲ ਰਹੀ ਆ ਡਿਪੂਆਂ ਤੋਂ, ਉਹਦੇ ਕਾਰਨ ਸਾਨੂੰ 5-6 ਦਿਨ ਹੋ ਗਏ ਲੈਣਾ ਤੇ ਲੱਗ ਗਏ, ਸ਼ਾਮ ਨੂੰ 5 ਵੱਜ ਜਾਂਦੇ ਆ, 5 ਵਜੇ ਕਹਿੰਦੇ ਬਸ ਬੰਦੇ ਪੂਰੇ ਹੋ ਗਏ, ਬਸ ਉਹਦੇ ਬਾਅਦ ਫਿਰ ਤੋਰ ਲੈਂਦੇ ਘਰਾਂ ਨੂੰ, ਇੱਕ ਦੂਜੇ ਡਿਪੂਆਂ ਦੇ ਨਾਲ ਜਾਂਦਾ, ਕੋਈ ਫਲਾਨੇ ਤੇ ਲਓ ਫਲਾਨੇ ਤੇ ਲਓ। ਡਿਪੂ ਹੋਲਡਰ ਇਹ ਵੀ ਕਹਿ ਰਿਹਾ ਵੀ ਜਿਹਦੇ ਤੁਹਾਡਾ ਡਿਪੂ ਕਾਰਡ ਲੱਗਿਆ ਉਹ ਤੋਂ ਲਓ, ਪਰ ਸਰਕਾਰ ਨੇ ਤਾਂ ਇਹ ਜੇ ਕੋਈ ਨਿਯਮ ਨਹੀਂ ਲਾਗੂ ਕਰੇ, ਡਿਪੂ ਹੋਲਡਰ ਆਪਣੀ ਮਨਮਾਨੀ ਕਰ ਰਹੇ ਆ, ਪੂਰੀ ਕਰ ਰਹੀ, ਇੱਥੇ ਕੋਈ ਸਿਸਟਮ ਹੈ ਨਹੀਂ ਇਹਨਾਂ ਦਾ। ਕਿੰਨੇ ਕਿ ਦਿਨਾਂ ਤੋਂ ਖੱਜਲ ਖਵਾਰ ਹੋ ਰਹੇ? ਪੂਰਾ ਹਫ਼ਤਾ ਹੋ ਗਈ। ਇੱਕ ਵੀਰੇ ਕਹਿਣਾ ਚਾਹੁੰਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ? ਸਰਕਾਰ ਜਾਣ ਇਹਨਾਂ ਨੂੰ ਪੂਰਾ ਸਿਸਟਮ ਚਲਾਵੇ, ਕਿੰਨੇ ਫਿਰ ਕੋਈ ਸਰਕਾਰੀ ਪੱਤਾ ਜਿਹੜਾ ਬਣਦਾ ਮਹੀਨੇ ਉਹ ਬੰਨੇ। ਅੱਛਾ, ਜਿਹੜੀ ਇਹ ਹੁਣ ਡੀਪੂ ਵਾਲਿਆਂ ਨੂੰ ਜਿਹੜੀ ਦਿੱਕਤ ਆ ਰਹੀ ਆ ਲੋਕਾਂ ਨੂੰ ਡੀਪੂਆਂ ਕਰਕੇ ਜੀ, ਹੁਣ ਥੋੜੀ ਗੱਲਬਾਤ ਹੋਈ ਆ, ਕੀ ਗੱਲ ਲੱਗੀ ਆ ਤੇ ਕੀ ਆ ਪੂਰਾ? ਦੇਖੋ ਜੀ, ਜਿਹੜੇ ਇੰਸਪੈਕਟਰ ਸਾਹਿਬ ਆ, ਫੂਡ ਸਪਲਾਈ ਇੰਸਪੈਕਟਰ ਸਾਹਿਬ, ਉਹਨਾਂ ਦਾ ਕਹਿਣਾ ਇਹ ਹੈ ਵੀ ਜਿਹੜੀ ਇਹ ਪ੍ਰਧਾਨ ਮੰਤਰੀ ਖਾਦ ਯੋਜਨਾ ਵਾਲੀ ਕਣਕ ਆਉਂਦੀ ਹੈ, ਇਹ ਪਿਛੇ ਤੋਂ 11% ਕਣਕ ਘੱਟ ਆਉਂਦੀ ਹੈ, ਇਹ ਹਰ ਵਾਰ ਵੀ ਘੱਟ ਆਉਂਦੀ ਹੈ, ਪਿਛਲੀ ਵਾਰੀ ਵੀ ਘੱਟ ਆਈ ਸੀ। ਇਹ ਕੀ ਹੋਇਆ ਜੀ, ਜਦੋਂ ਵਿਧਾਨ ਸਭਾ ਇਲੈਕਸ਼ਨ ਸੀ ਉਦੋਂ ਕਾਂਗਰਸੀ ਸਰਕਾਰ ਨੇ ਲੋਕਾਂ ਦੇ ਨਵੇਂ ਕਾਰਡ ਧੜਾ ਧੜ ਬਣਾਤੇ, ਜਿਸ ਦਾ ਡਾਟਾ ਕੇਂਦਰ ਸਰਕਾਰ ਕੋਲ ਹੈ ਨਹੀਂ। ਉਹ ਕਣਕ ਪਿੱਛੇ ਤੋਂ ਘੱਟ ਆਉਂਦੀ ਕਰਕੇ ਡਿਪੂ ਹੋਲਡਰਾਂ ਕੋਲੇ ਜਾ ਕੇ ਜਿਹੜੇ ਲੋਕ ਆ ਉਹਨਾਂ ਕੋਲੇ ਭੀੜ ਵੱਧ ਜਾਂਦੀ ਹੈ, ਕਣਕ ਲੋਕਾਂ ਨੂੰ ਮਿਲਦੀ ਨਹੀਂ, ਵਿੱਚੋਂ ਰਹਿ ਜਾਂਦੇ ਉਹ 11% ਜਿਹੜੀ ਕਣਕ ਵਾਲ ਘੱਟ ਆਉਂਦੀ ਉਹ ਤਾਂ ਰਹਿਣਗੇ ਲੋਕ। ਤੇ ਇਹ ਸਾਡਾ ਸਰਕਾਰ ਨੂੰ ਸਾਡਾ ਕਹਿਣਾ ਇਹੀ ਹੈ ਵੀ ਜਾਂ ਤਾਂ ਇਹ ਕਣਕ ਦੀ ਪੂਰਤੀ ਪੰਜਾਬ ਸਰਕਾਰ ਕਰੇ ਜਾਂ ਕੇਂਦਰ ਸਰਕਾਰ ਕਰੇ, ਕਿਉਂਕਿ ਲੋਕ ਇੱਥੇ ਖੱਜਲ ਹੁੰਦੇ ਆ। ਇੱਕ ਜਿਹੜਾ ਸਿਸਟਮ ਹੋਇਆ ਵਾ ਗਲਤ, ਵੀ ਕੋਈ ਵੀ ਵਿਅਕਤੀ ਕਿਸੇ ਵੀ ਡਿਪੂ ਤੋਂ ਕਣਕ ਆਪਦੀ ਲੈ ਸਕਦਾ ਜਾ ਕੇ, ਉਹਦੇ ਨਾਲ ਕੀ ਹੋਇਆ ਜੀ, ਹੁਣ ਇੱਕ ਡਿਪੂ ਹੋਲਡਰ ਨੂੰ ਮੰਨ ਲਓ 100 ਕਾਰਡ ਦੀ ਕਣਕ ਮਿਲੀ ਆ, ਉੱਥੇ ਇਕੱਠ ਹੋ ਜਾਂਦਾ 300-400 ਕਾਰਡ ਵਾ, ਤੇ ਉਹਦੇ ਵਿੱਚ ਵੀ ਲੋਕ ਖੱਜਲ ਹੁੰਦੇ ਆ, ਕਿਉਂਕਿ ਲੋਕਾਂ ਨੂੰ ਵਾਪਸ ਮੁੜਨਾ ਪੈਂਦਾ, ਕਿਉਂਕਿ ਉਹਦੇ ਕੋਲ ਕਣਕ ਹੀ 100 ਕਾਰਡ ਦੀ ਹੁੰਦੀ ਆ।
ਬੰਡੂਗਾ। ਇਹ ਮੇਨ ਸਮੱਸਿਆ ਆ ਰਹੀ ਹੈ ਵੀ ਜਿਹੜੀ ਕਣਕ ਪਿੱਛੇ ਤੋਂ ਘੱਟ ਆ ਰਹੀ ਹੈ 11%, ਇਹ ਉਹ 11% ਕਣਕ ਘੱਟ ਆਉਣ ਕਰਕੇ ਲੋਕ ਇੱਕਦਮ ਡਿਪੂ ਹੋਲਡਰ ਦੇ ਜਾ ਖੜਦੇ ਆ ਕਾਰਡ ਲੈ ਕੇ, ਫਿਰ ਉਹਦੇ ਕੋਲ 100-150 ਕਾਰਡ ਦੀ ਕਣਕ ਆਉਂਦੀ ਹੈ, ਉਨੀ ਕੁ ਵੰਡ ਕੇ ਉਹ ਹਟ ਜਾਂਦਾ ਕਿਉਂਕਿ ਉਹਦੇ ਕੋਲ ਉਦੋਂ ਵੱਧ ਹੁੰਦੀ ਹੀ ਨਹੀਂ, ਤੇ ਲੋਕ ਉੱਥੋਂ ਖੱਜਲ ਖਵਾਰ ਹੋ ਕੇ ਮੁੜਦੇ ਆ। ਦੂਸਰੀ ਅੱਜ ਲੋਕਾਂ ਦੇ ਕਹਿਣ ਮੁਤਾਬਕ ਦੇਖਣ 'ਚ ਇਹ ਗੱਲ ਆਈ ਹੈ ਵੀ ਜਿਹੜਾ ਇੰਸਪੈਕਟਰ ਹੈ ਉਹ ਅੱਜ ਅਸੀਂ ਵੀ ਖੁਦ ਵੀ ਦੇਖਿਆ ਵੀ 11:45 ਡਿਊਟੀ ਤੇ ਆਇਆ ਉਹ, ਇਹ ਉਹਨਾਂ ਦੀ ਬਹੁਤ ਵੱਡੀ ਕਿਤਾਹੀ ਆ ਉਹਦੀ ਡਿਊਟੀ ਤੇ ਆਉਣ ਦੀ। ਉਹਨਾਂ ਦਾ ਬਹਾਨਾ ਆਇਆ ਵੀ ਸਾਡੇ ਕੋਲ ਹੋਰ ਵੀ ਕੰਮ ਸਾਂਭੇ ਹੋਏ ਆ, ਸਾਨੂੰ ਤੱਬੇ ਵੀ ਜਾਣਾ ਪੈਂਦਾ, ਕਿਉਂਕਿ ਲੋਕਾਂ ਨੂੰ ਕੋਈ ਨੀ ਪਤਾ ਵੀ ਉਹ ਜਾਂਦੇ ਆ ਤੱਬੇ ਜਾਂਦੇ ਜਾਂ ਕੰਮ ਕੋਈ ਹੋਰ ਸਾਂਭਿਆ ਵਾ ਹੈ ਜਾਂ ਨਹੀਂ ਹੈ, ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਵੀ ਹੈ ਨੀ। ਉਹ ਬਹਾਨੇ ਮਾਰ ਰਹੇ ਆ ਜਾਂ ਵਾਕਈ ਉਹਨਾਂ ਦੀ ਕਿਤੇ ਡਿਊਟੀ ਲੱਗੀ ਹੋਈ ਆ, ਇਹ ਚੀਜ਼ ਦਾ ਵੀ ਕਨਫਰਮ ਵੀ ਹੋਣਾ ਚਾਹੀਦਾ ਵੀ ਉਹਨਾਂ ਦੀ ਕਿਤੇ ਡਿਊਟੀ ਹੈਗੀ ਆ ਕਿ ਨਹੀਂ ਹੈਗੀ। ਬਾਕੀ ਦੂਜੇ ਨੰਬਰ ਤੇ ਉਹਨਾਂ ਨੂੰ ਡਿਊਟੀ ਆਪਦੀ ਸਹੀ ਟਾਈਮ ਤੇ ਆਉਣੀ ਚਾਹੀਦੀ, 8 ਵਜੇ ਤੋਂ 8 ਵਜੇ 9 ਵਜੇ ਤੋਂ 9 ਵਜੇ ਆਪਦੀ ਡਿਊਟੀ ਤੇ ਹਾਜ਼ਰ ਹੋਣਾ ਚਾਹੀਦਾ, 11:15 ਡਿਊਟੀ ਤੇ ਆਉਣ ਦਾ। ਇਹਦਾ ਮਤਲਬ ਸਿੱਧਾ ਸਿੱਧਾ ਇਹ ਲੋਕਾਂ ਨਾਲ ਧੱਕਾ ਹੋ ਰਿਹਾ, ਕਿਉਂਕਿ ਉਹ ਆਪਦੀ ਡਿਊਟੀ 'ਚ ਕਿਤਾਬੀ ਵਰਤ ਹੀ ਨਹੀਂ ਸਕਦੇ, ਮਤਲਬ ਵੀ ਨਹੀਂ ਬਣਦਾ। ਹਰੇਕ ਮਹਿਕਮੇ ਦੇ ਅਫਸਰ ਨੂੰ ਆਪਦੇ ਡਿਊਟੀ ਟਾਈਮ ਤੇ ਆਉਣਾ ਚਾਹੀਦਾ ਤੇ ਡਿਊਟੀ ਟਾਈਮ ਤੇ ਆਪਦੇ ਘਰੋਂ ਜਾਣਾ ਚਾਹੀਦਾ, ਘਰੋਂ ਜਾਣਾ ਚਾਹੀਦਾ ਵਾਪਸ।